ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿੱਚ ਸੀਵਰੇਜ ਦੇ ਖੱਡੇ 'ਚ ਮਿੱਟੀ ਦੀਆਂ ਢਿੱਗਾਂ ਨੇ ਇੱਕ ਮਜ਼ਦੂਰ ਹੇਠਾਂ ਦੱਬ ਲਿਆ। ਠੇਕੇਦਾਰ ਦੀ ਘੋਰ ਲਾਪਰਵਾਹੀ ਕਾਰਨ ਘਟਨਾ ਮੌਕੇ ਬਚਾਅ ਕਾਰਜ ਨਾ ਹੋਣ 'ਤੇ ਮਜ਼ਦੂਰ ਦੀ ਮੌਤ ਹੋ ਗਈ। ਜ਼ਿਲ੍ਹਾ ਬਰਨਾਲਾ ਦੇ ਸੰਘੇੜਾ ਵਿੱਚ ਸੀਵਰੇਜ ਦੇ ਖੱਡੇ ਵਿੱਚ ਕੰਮ ਕਰਦੇ ਇੱਕ ਮਜ਼ਦੂਰ 'ਤੇ ਮਿੱਟੀ ਦੀਆਂ ਢਿੱਗਾਂ ਡਿੱਗਣ ਕਾਰਨ ਉਸ ਦੀ ਮੌਤ ਹੋ ਗਈ। ਮ੍ਰਿਤਕ ਮਜ਼ਦੂਰ ਦੇ ਪੀੜਿਤ ਪਰਿਵਾਰ ਵਾਲਿਆਂ ਨੇ ਦੱਸਿਆ ਕਿ ਠੇਕੇਦਾਰ ਅਤੇ ਪ੍ਰਸ਼ਾਸਨ ਵੱਲੋਂ ਮਜ਼ਦੂਰ ਨੂੰ ਕੱਢਣ ਦੇ ਕੋਈ ਯਤਨ ਨਹੀਂ ਕੀਤੇ। ਉਹਨਾਂ ਦੱਸਿਆ ਕਿ ਪਿੰਡ ਵਾਲਿਆਂ ਨੇ ਹੀ 2 ਘੰਟਿਆਂ ਦੀ ਸਖਤ ਜੱਦੋਜਹਿਦ ਤੋਂ ਬਾਅਦ ਮਜ਼ਦੂਰ ਨੂੰ ਬਾਹਰ ਕੱਢਿਆ। ਉਸ ਵੇਲੇ ਤੱਕ ਉਸ ਦੀ ਜਾਨ ਜਾ ਚੁੱਕੀ ਸੀ। ਵਾਰਸਾਂ ਨੇ ਦੋਸ਼ੀ ਠੇਕੇਦਾਰ ਅਤੇ ਮੁਨਸ਼ੀ ਵਿਰੁੱਧ ਸਖਤ ਤੋਂ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਆਪਣਾ ਜਿਹੜਾ ਬੰਦਾ ਵਿਚਾਰਾ ਥੱਲੇ ਉਹ ਮੰਨ ਲਓ ਮਿੱਟੀ ਖੋਲ ਕੇ ਪੈਰ ਦਿਆ ਉਹ ਕਰ ਰਿਹਾ ਸੀ, ਨਾ ਦਾ ਕੋਈ ਆਸੇ ਪਾਸੇ ਸਪੋਰਟ ਲਾਈ ਹੈ, ਨਾ ਹੀ ਕੋਈ ਸੇਫਟੀ ਬੈਲਟ ਪਾਈ ਗਈ ਹੈ। ਸਭ ਤੋਂ ਵੱਡੀ ਗਲਤੀ ਪ੍ਰਸ਼ਾਸਨ ਦੀ ਵੀ ਹੈ, ਡੀ ਸੀ ਦੀ ਵੀ ਹੈ, ਇੱਥੋਂ ਦੀ ਐੱਸ ਡੀ ਐਮ ਦੀ ਵੀ ਹੈ। ਹਜੇ ਤੱਕ 1.5 ਘੰਟਾ ਹੋ ਗਿਆ ਬੰਦੇ ਨੂੰ ਕੱਢੇ ਤੋਂ, ਹਜੇ ਤੱਕ ਨਾ ਕੋਈ ਪ੍ਰਸ਼ਾਸਨ, ਨਾ ਕੋਈ ਐਂਬੂਲੈਂਸ, ਕੋਈ ਨਹੀਂ ਪਹੁੰਚਿਆ, ਨਾ ਹੀ ਕੋਈ ਠੇਕੇਦਾਰ ਦਾ ਕਰਿੰਦਾ ਪਹੁੰਚਿਆ। ਸਭ ਤੋਂ ਵੱਡੀ ਜਿਹੜੀ ਨਲਾਇਕੀ ਹੈ, ਦੇਖੋ ਸਭ ਤੋਂ ਵੱਡੀ ਗੱਲ ਇਹ ਹੈ ਵੀ ਇਹ ਮੰਨ ਲਓ ਮੇਨ ਬੱਚਿਆਂ ਦੇ ਸਰਕਾਰੀ ਹਾਈ ਸਕੂਲ ਪ੍ਰਾਇਮਰੀ ਨੂੰ ਵੀ ਮੰਨ ਲਓ ਜਾਣ ਵਾਲਾ ਰਸਤਾ ਮੇਨ ਇਹ ਆ, ਨਿੱਕੇ ਨਿੱਕੇ ਬੱਚੇ ਲੰਘਦੇ ਆ, ਇੱਥੋਂ ਦੀ ਕੋਈ ਵੀ ਕੱਲ੍ਹ ਨੂੰ ਕੋਈ ਹੋਰ ਵੀ ਵੱਡੀ ਘਟਨਾ ਵਾਪਰ ਸਕਦੀ ਹੈ। ਪੁਲਿਸ ਜਾਂਚ ਅਧਿਕਾਰੀ ਸੁਰਿੰਦਰਪਾਲ ਦਾ ਕਹਿਣਾ ਸੀ ਕਿ ਮ੍ਰਿਤਕ ਮਜ਼ਦੂਰ ਦੇ ਵਾਰਸਾਂ ਦੇ ਬਿਆਨਾਂ 'ਤੇ ਹੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਜੀ, ਨਿੱਕਾ ਸਿੰਘ ਪੁੱਤਰ ਜਰਨੈਲ ਸਿੰਘ ਵਾਸੀ ਘੁੰਨਸ, ਜਿਸ ਦੀ ਸੀਵਰੇਜ ਦੇ ਵਿੱਚ ਮਿੱਟੀ ਦੀ ਢਿੱਗ ਡਿੱਗਣ ਕਾਰਨ ਮੌਤ ਹੋ ਚੁੱਕੀ ਹੈ, ਜਿਸ ਸੰਬੰਧੀ ਸਾਨੂੰ ਸਿਵਲ ਹਸਪਤਾਲ ਬਰਨਾਲੇ ਦੇ ਵਿੱਚੋਂ ਇਨਫੋਰਮੇਸ਼ਨ ਮਿਲੀ ਹੈ, ਜਿਸ ਦੀ ਪੜਤਾਲ ਜਾਰੀ ਹੈ। ਜੋ ਤੱਥ ਸਾਹਮਣੇ ਆਉਣਗੇ ਉਹਦੇ ਮੁਤਾਬਕ ਕਾਰਵਾਈ ਅਮਲ 'ਚ ਲਿਆਂਦੀ ਜਾਊਗੀ। ਇਹ 'ਚ ਕਿਤੇ ਨਾ ਕਿਤੇ ਠੇਕੇਦਾਰ ਦੀ ਗਲਤੀ ਨਹੀਂ ਜੋ ਸਾਹਮਣੇ ਆ ਰਹੀ, ਕਿਉਂਕਿ ਕਿਤੇ ਸੇਫਟੀ ਬੈਲਟ ਨਹੀਂ ਸੀ, ਕੋਈ ਉੱਥੇ ਸੇਫਟੀ ਪ੍ਰੀਕੋਸ਼ਨ ਲਏ ਨਹੀਂ ਗਏ ਸੀਗੇ ਜੀ? ਇਹਦੇ ਬਾਰੇ ਵੀਰ ਜੀ ਫਿਲਹਾਲ ਮੈਂ ਕੁਛ ਨਹੀਂ ਕਹਿ ਸਕਦਾ, ਜੋ ਸਾਹਮਣੇ ਕਾਰਵਾਈ ਆਊਗੀ ਉਹਦੇ ਮੁਤਾਬਕ ਅਸੀਂ ਕਰਾਂਗੇ। ਬਰਨਾਲਾ ਤੋਂ ਪ੍ਰਦੀਪ ਕੁਮਾਰ ਦੀ ਰਿਪੋਰਟ।